ਨਰਿੰਦਰ ਸਿੰਘ ਕਪੂਰ ਦੀ ਕਿਤਾਬ ਕੱਲਿਆਂ ਦਾ ਕਾਫਲਾ ਭਾਗ ਪਹਿਲਾ। ਜਦੋਂ ਕੋਈ ਵਿਚਾਰ ਸਪਸ਼ਟ ਹੋ ਜਾਂਦਾ ਹੈ ਤਾਂ ਉਹ ਸੰਖੇਪ ਹੋ ਜਾਂਦਾ ਹੈ। ਜ਼ਿੰਦਗੀ ਦੀ ਜਦੋ ਜਹਿਦ ਵਿੱਚ ਮੁਸ਼ਕਲਾਂ ਨਾਲ ਜੂਝਦੇ ਵਧੇਰੇ ਪੁੱਤਰ ਹਨ, ਪਰ ਮੁਸ਼ਕਲਾਂ ਨੂੰ ਸਹਿੰਦੀਆਂ ਵਧੇਰੇ ਧੀਆਂ ਹਨ। ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੁੰਦੇ ਉਹਨਾਂ ਨੂੰ ਪਕੜਨ ਵਾਲੀ ਉਂਗਲੀ ਨਹੀਂ ਮਿਲਦੀ, ਉੱਚਾ ਹੋ ਕੇ ਵੇਖਣ ਵਾਲੇ ਕੰਧਾੜਾ ਨਹੀਂ ਲੱਭਦਾ, ਸੌਣ ਲਈ ਗੋਦੀ ਨਹੀਂ ਮਿਲਦੀ, ਪੈਰਾਂ ਵਿੱਚ ਚੁਬੇ ਕੰਡੇ ਕੱਢਣ ਲਈ ਕੋਈ ਬੌੜਦਾ ਨਹੀਂ। ਜਿਹੜੀ ਚੀਜ਼ ਦੂਜਿਆਂ ਦੀ ਕਮਾਈ ਨਾਲ ਖਰੀਦੀ ਜਾਂਦੀ ਹੈ ਉਸ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ। ਸੋਹਣੀ, ਸਿਆਣੀ ਅਤੇ ਸਲੀਕੇ ਵਾਲੀ ਇਸਤਰੀ ਕਿਸੇ ਪਿੱਛੇ ਦੌੜਦੀ ਨਹੀਂ, ਉਹ ਕਿਸੇ ਤੋਂ ਪਰੇ ਵੀ ਨਹੀਂ ਦੌੜਦੀ, ਉਹ ਉਡੀਕਦੀ ਹੈ। ਰੱਬ ਦਾ ਦਰਵਾਜ਼ਾ ਅਰਦਾਸ ਕਰਕੇ ਖੁਲਵਾਉਣ ਦੀ ਗੱਲ ਤਾਂ ਹੀ ਮੰਨੀ ਜਾ ਸਕਦੀ ਹੈ ਜੇ ਉਹ ਦਰਵਾਜ਼ਾ ਕਦੇ ਬੰਦ ਹੋਇਆ ਹੋਵੇ। ਸਭ ਤੋਂ ਵੱਡੀ ਬਦਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਕਾਰਨ ਅੱਥਰੂ ਹੋਣਾ ਹੁੰਦੀ ਹੈ। ਸਭ ਤੋਂ ਵੱਡੀ ਖੁਸ਼ਕਿਸਮਤੀ ਕਿਸੇ ਦੀ ਅੱਖ ਵਿੱਚ ਤੁਹਾਡੇ ਲਈ ਅੱਥਰੂ ਹੋਣਾ ਹੁੰਦੀ ਹੈ। ਸੰਸਾਰ ਨੂੰ ਚਲਾਉਂਦੇ ਪੁਰਸ਼ ਹਨ, ਪਰ ਸੰਸਾਰ ਚੱਲਦਾ ਇਸਤਰੀਆਂ ਰਾਹੀਂ ਹੈ। ਹੱਥ ਉਹ ਸੋਹਣੇ ਜਿਹੜੇ ਕਰਮ ਕਰਨ, ਦਿਮਾਗ ਉਹ ਸਿਆਣੇ ਜਿਹੜੇ ਚੰਗਾ ਸੋਚਣ, ਦਿਲ ਉਹ ਪਿਆਰੇ ਜਿਹੜੇ ਮਹਿਸੂਸ ਕਰਨ। ਸੰਸਾਰ ਵਿੱਚ ਦੋ ਪ੍ਰਕਾਰ ਦੇ ਲੋਕ ਹਨ, ਇੱਕ ਉਹ ਜਿਨ੍ਹਾਂ ਨੂੰ ਮਰਨਾ ਨਹੀਂ ਆਉਂਦਾ, ਦੂਜੇ ਉਹ ਜਿਨ੍ਹਾਂ ਨੂੰ ਜਿਉਣਾ ਨਹੀਂ ਆਉਂਦਾ। ਜੇ ਕੋਈ ਗੱਲ ਮੁਸਕਰਾ ਕੇ ਕਹੀ ਜਾਵੇ ਉਹ ਸਮਝਣੀ ਸੌਖੀ ਹੋ ਜਾਂਦੀ ਹੈ। ਆਪਣੇ ਆਪ ਨੂੰ ਪਛਾਣੋ ਕਹਿਣਾ ਬੜਾ ਸੌਖਾ ਹੁੰਦਾ ਹੈ, ਪਰ ਆਪਣੇ ਆਪ ਨੂੰ ਪਛਾਣਨਾ ਅਤਿਅੰਤ ਦੁਖਦਾਈ ਹੁੰਦਾ ਹੈ। ਇਸੇ ਕਰਕੇ ਮਨੁੱਖ ਸਾਰਾ ਜੀਵਨ ਆਪਣੇ ਆਪ ਤੋਂ ਲੁਕਦਾ ਭੱਜਦਾ ਰਹਿੰਦਾ ਹੈ। ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਕੋਲੋਂ ਸੰਸਾਰ ਦੇ ਜਿੰਦਰੇ ਦੀ ਕੁੰਜੀ ਗੁਆਚ ਜਾਂਦੀ ਹੈ। ਡਿੱਗੇ ਹੋਏ ਦਰਖਤ ਦੀ ਛਾਂ ਨਹੀਂ ਮਾਣੀ ਜਾ ਸਕਦੀ। ਜਿਨ੍ਹਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਰਹੇ ਹੁੰਦੇ ਹਾਂ, ਇੱਕ ਪੜਾਅ 'ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ ਉਹ ਚੀਜ਼ਾਂ ਨਹੀਂ ਮਿਲੀਆਂ। ਜਾਣਕਾਰੀ ਸਿਆਣਪ ਨਹੀਂ ਹੁੰਦੀ, ਜਾਣਕਾਰੀ ਬਾਹਰੋਂ ਮਿਲਦੀ ਹੈ, ਸਿਆਣਪ ਅੰਦਰੋਂ ਉਪਜਦੀ ਹੈ। ਚੰਗਾ ਦੋਸਤ ਉਹ ਨਹੀਂ ਹੁੰਦਾ ਜੋ ਤੁਹਾਡੇ ਲਈ ਮਰਨ ਵਾਸਤੇ ਤਿਆਰ ਹੋਵੇ, ਸਗੋਂ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਵੀ ਮਰਨ ਤੋਂ ਬਚਾ ਲਵੇ। ਮਨੁੱਖ ਨੇ ਜਿਨ੍ਹਾਂ ਸ਼ਬਦਾਂ ਦੇ ਸਹੀ ਅਰਥ ਨਹੀਂ ਸਮਝੇ ਉਹਨਾਂ ਵਿੱਚ ਇਸਤਰੀ, ਵਫ਼ਾਦਾਰੀ, ਸ਼ਮਸ਼ਾਨ ਘਾਟ ਆਦਿ ਸ਼ਾਮਲ ਹਨ। ਜੇ ਅੰਗੂਠਾ ਨਾ ਹੁੰਦਾ ਤਾਂ ਬੂਟ ਦੇ ਤਸ਼ਮੇ ਨਹੀਂ ਸਨ ਬੰਨੇ ਜਾਣੇ। ਡਿੱਗਿਆ ਸਿੱਕਾ ਚੁੱਕਿਆ ਨਹੀਂ ਸੀ ਜਾਣਾ। ਕੋਈ ਢੱਕਣ ਲਈ ਕੋਈ ਢੱਕਣ ਨਹੀਂ ਸੀ ਖੁੱਲ੍ਹਣਾ।